ਜਲੰਧਰ ਦੇ ਖਿੰਗਰਾ ਗੇਟ ਦੇ ਨੇੜੇ ਸਥਿਤ ਇੱਕ ਘਰ ਵਿੱਚ ਅੱਜ ਸਿਲੰਡਰ ਫਟਣ ਕਾਰਨ ਇੱਕੋ ਪਰਿਵਾਰ ਦੇ 3 ਜੀਅ ਝੁਲਸ ਗਏ। ਜਾਣਕਾਰੀ ਮੁਤਾਬਕ ਔਰਤ ਘਰ ਵਿੱਚ ਖਾਣਾ ਬਣਾਉਣ ਹੀ ਲੱਗੀ ਸੀ ਕਿ ਜਿਸ ਦੌਰਾਨ ਅਚਾਨਕ ਸਿਲੰਡਰ ਫਟ ਗਿਆ। ਇਸ ਧਮਾਕੇ ਦੇ ਕਾਰਨ ਔਰਤ, ਉਸਦਾ ਪਤੀ ਅਤੇ ਬੱਚਾ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਵਿਅਕਤੀ, ਉਸਦਾ ਗੁਆਂਢੀ ਅਤੇ ਮਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਦਾ ਫੋਨ ਆਇਆ ਸੀ ਕਿ ਉਨ੍ਹਾਂ ਦੇ ਘਰ ਵਿੱਚ ਅੱਗ ਲੱਗ ਗਈ ਹੈ। वो सिलेंडर में मुझा रखा था चौराठी का, नदी बोला सिलेंडर नहीं धर रहा है, हम गए धारा के काठी मारे पूरा सिलेंडर में धर दिया। सिलेंडर लीक हुआ 12 लीटर वाला था। अच्छा, फिर रखी बाबू बोला वहाँ पे ले जाओ सिलेंडर मुझ पा रहे हैं। मेरा संजय जी। हाँ जी संजय जी, की गल की हुई? ਹੋਇਆ ਜੀ ਸਵਾ, ਮੈਂ ਆਪਣੀ 8:15 ਵਜੇ ਆਪਣੀ ਬੇਟੀ ਸਕੂਲ ਛੱਡ ਕੇ ਆਇਆ, ਦੁਕਾਨ ਦਾ ਸ਼ਟਰ ਖੋਲਿਆ ਅਤੇ ਉੱਪਰ ਜਿਹੜਾ ਵਰਕਰ ਰਹਿੰਦੇ ਸੀ, ਮੀਆਂ ਬੀਬੀ ਦੇ ਬੱਚੇ 2 ਸਾਲ ਸੀਗੇ, ਉਹ ਦੌੜੇ ਦੌੜੇ ਮੇਰੇ ਕੋਲ ਥੱਲੇ ਆਏ, ਕਹਿੰਦੇ ਆਗ ਪਕੜ ਲਈ, ਆਗ ਪਕੜ ਲਈ। ਅਸੀਂ ਕਿਹਨੂੰ ਆਗ ਪਕੜਿਆ ਅਤੇ ਉਹ ਦੇਖਿਆ ਤਾਂ ਉਹਨਾਂ ਨੂੰ ਲੱਤਾਂ ਉੱਤੋਂ ਮਾੜੀਆਂ ਸੱਟ ਲੱਗੀ ਸੀ, ਪੌੜੀਆਂ ਗਿਰ ਗਈ, ਦੌੜ ਭੱਜ ਹੋ ਜਾਂਦੀ, ਕਿਸੇ ਰਗੜ ਲੱਗ ਜਾਂਦੀ ਹੈ, ਅਤੇ ਦੇਖਿਆ ਸਿਲੰਡਰ ਨੂੰ ਆਗ ਲੱਗੀ ਸੀ। ਫਿਰ ਮੈਂ ਲੱਕੀ ਨੂੰ ਫੋਨ ਕੀਤਾ, ਬਾਹਰ ਨੰਬਰ ਲਿਖਿਆ ਸੀਗਾ, ਇਹਨੂੰ ਬੁਲਾਇਆ, ਜਦ ਨੂੰ ਆਏ 5 ਮਿੰਟ ਫੋਨ ਕੀਤਾ ਫਾਤ ਸਾਹਿਬ ਆ ਗਏ, ਅਸੀਂ ਸਾਰੇ ਥੱਲੇ ਸੀਗੇ, ਜਦੋਂ ਧਮਾਕਾ ਹੋਇਆ ਫਟ ਗਿਆ, ਉਹ ਤੋਂ 5 ਮਿੰਟ ਆਪੂ ਜਾ ਕੇ ਚੱਲ ਗਏ। ਨਾਮ ਇੰਦਰਜੀਤ ਹੈ। ਕਿੱਥੇ ਦੇ ਰਹਿਣ ਵਾਲੇ? ਧਨਮੱਲੇ ਦੇ। ਹਾਂਜੀ, ਕੀ ਗੱਲ ਕੀ ਹੋਈ ਜੀ? ਗੱਲ ਇਸ ਟਾਈਮ ਸੀ, 8:15 ਵਜੇ ਨਾਲ ਇੱਥੇ ਅੱਗ ਲੱਗੀ ਸੀ, ਥੋੜ੍ਹਾ ਜਿਹਾ ਪਟਾਕਾ ਹੋਇਆ ਸੀ, ਬਾਹਰ ਨਿਕਲ ਕੇ ਦੇਖਿਆ ਅਤੇ ਸਾਨੂੰ ਕੁਛ ਨਜ਼ਰ ਨਹੀਂ ਆਇਆ, ਬਾਅਦ ਵਿੱਚ ਪਤਾ ਲੱਗਿਆ ਕਿ ਬੱਚਿਆਂ ਨੂੰ ਇੱਥੇ ਸਿਲੰਡਰ ਤੋਂ ਅੱਗ ਲੱਗ ਗਈ ਹੈਗੀ ਹੈ। ਥੋੜ੍ਹੀ ਦੇਰ ਬਾਅਦ 15-20 ਮਿੰਟ ਬਾਅਦ ਫਿਰ ਸਿਲੰਡਰ ਦਾ ਪਟਾਕਾ ਵੱਜਿਆ ਹੈਗਾ, ਜਿਹਦੇ ਨਾਲ ਕਿ ਸਾਡੀਆਂ ਦੀਵਾਰਾਂ ਨੂੰ ਵੀ ਠੇਸ ਆਈ ਹੈ ਕਿ ਦੀਵਾਰ ਫੱਟ ਵੀ ਗਈ ਹੈਗੀ ਹੈ, ਵਿੱਚੋਂ ਪਲਸਤਰ ਵਗੈਰਾ ਇੱਟਾਂ ਵਗੈਰਾ ਸਾਰੀਆਂ ਨਿਕਲੀਆਂ ਗਈਆਂ। ਉਹਨਾਂ ਦੀ ਦੀਵਾਰ ਤੋਂ ਵੀ ਸਾਨੂੰ ਖਤਰਾ ਹੈਗਾ ਕਿ ਕਿਸੇ ਵੀ ਟਾਈਮ ਸਾਡੇ ਵੱਲ ਡਿੱਗ ਸਕਦੀ ਹੈਗੀ। ਅਤੇ ਇਹ ਕਿੰਨੇ ਘਰ ਛੱਡ ਗਏ ਜੀ ਤੁਹਾਡਾ ਘਰ? ਬਿਲਕੁਲ ਨਾਲ ਵਾਲੀ ਟੱਚ ਕਰਦੀ ਦੀਵਾਰ। ਅਤੇ ਕਿੱਦਾਂ ਬਦਲ ਬਲਾਸਟ ਹੋਇਆ ਸੀ, ਕੋਈ ਧਮਾਕਾ ਹੋਇਆ ਸੀ? ਧਮਾਕਾ ਹੋਇਆ ਬਹੁਤ ਜ਼ੋਰ ਦੀ, ਵੋਟੀ ਖੜੀ ਸੀ ਬੱਚੇ ਨੂੰ ਲੈ ਕੇ, ਉਹਨੂੰ ਮੈਂ ਫਟਾਫਟ ਬਾਹਰ ਕੱਢਿਆ, ਹੋਰ ਬੱਚੇ ਸੀਗੇ ਅੰਦਰ, ਬਾਹਰੋਂ ਵੀ ਆਏ ਹੋਏ ਸੀਗੇ, ਉਹਨਾਂ ਨੂੰ ਵੀ ਸਾਰਿਆਂ ਨੂੰ ਬਾਹਰ ਗਲੀ 'ਚ ਕੱਢਿਆ ਗਿਆ ਵੀ ਬਾਹਰ ਆ ਜਾਓ, ਸਾਰੇ ਗਲੀ ਵਾਲਿਆਂ ਨੂੰ ਵੀ ਬਾਹਰ ਕੱਢਿਆ ਵੀ ਤੁਸੀਂ ਬਾਹਰ ਹੋ ਜਾਓ, ਧਮਾਕਾ ਜ਼ੋਰ ਵੀ ਹੋ ਗਿਆ। ਅਤੇ ਇਸ ਕਰਕੇ ਹੁਣ ਸਾਨੂੰ ਨਾਲ ਵਾਲੀ ਦੀਵਾਰ ਤੋਂ ਵੀ ਖਤਰਾ, ਸਾਡੀ ਦੀਵਾਰ ਦੀ ਰਿਪਲੇਸਮੈਂਟ ਤੁਹਾਨੂੰ ਚਾਹੀਦੀ ਹੈ। ਕਿੱਥੇ ਰਹਿੰਦੇ ਭਾਅ ਜੀ? ਹਾਂਜੀ, ਕੀ ਗੱਲ ਕੀ ਹੋਈ ਭਾਅ ਜੀ? ਅਸੀਂ ਇੱਥੇ ਵਰਕਰ ਰੱਖਿਆ ਹੋਇਆ ਸੀ, ਉਹ ਮੀਆਂ ਬੀਬੀ ਆਪ ਤੁਸੀਂ ਰਹਿੰਦੇ, ਸਾਫ਼ ਸਫਾਈ ਦਾ, ਸਾਫ਼ ਸਫਾਈ ਕਿੱਥੇ ਰਹਿੰਦੇ ਸੀ, ਅਤੇ ਅੱਜ ਉਹ ਬੰਦੇ ਦੀ ਅਸੀਂ ਚੁੱਲ੍ਹਾ ਬਾਲਣ ਲੱਗੇ, ਯਕੜਾ ਮੱਤ ਖੜੇ ਚੁੱਲ੍ਹੇ ਨੂੰ, ਅਤੇ ਇਹਨਾਂ ਨਾਲ ਦੇ ਸਾਡੇ ਕਾਲੀ ਭਾਅ ਜੀ ਹੈਗੇ ਆ, ਇਹਨਾਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਅਤੇ ਅਸੀਂ ਆ ਕੇ ਦੇਖਿਆ ਅਤੇ ਉਹ ਆਪਣੀ ਟੱਬੀ ਤਾਂ ਮੱਛੀ ਗਈ ਸੀ, ਅਤੇ ਅਸੀਂ ਫਟਾਫਟ ਫਾਇਰ ਬ੍ਰਿਗੇਡ ਨੂੰ ਬੁਲਾਇਆ ਅਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਈ। ਅਤੇ ਸਰ ਕਾਰਨ ਕੀ ਪਤਾ ਲੱਗਿਆ ਜੀ? ਕਾਰਨ ਸੀ, ਕਹਿ ਸਕਦੇ ਹਾਂ ਕਿ ਗੈਸ ਹਿਸਾਬ ਦੇ ਨਾਲ ਅੱਗ ਫੜਨੀ। ਕਿਹੜਾ ਸਿਲੰਡਰ ਪਿਆ ਵਾ? ਇਹ ਸਿਲੰਡਰ ਗੈਸ ਨਾਲ ਲੱਗਿਆ ਸੀ, ਇਹ ਪਟਿਆ ਗਿਆ?